ਭਾਬੀ ਭਾਈ ਨੂੰ ਥੋੜਾ ਟਾਈਮ ਲੱਗ ਜਾਏਗਾ, ਅੰਮੀ ਉਹਨਾਂ ਦੀ ਟਿਊਨਿੰਗ ਕਰਦੀ ਪਈ ਆ। ਮੇਰੀ ਨਣਾਨ ਦਾ ਮੂੰਹ ਵੇਖ ਲੋ, ਜਿਵੇਂ ਇੱਕ ਤੀਲੇ ਵਾਲਾ ਝਾੜੂ ਹੁੰਦਾ, ਤੇ ਪਤਾ ਨਹੀਂ ਮੇਰੀ ਸੱਸ ਕਿੱਦਾਂ ਦੀ ਹੋਏਗੀ। ਅਬਦ ਬੁੱਢੀ ਨੂੰ ਮੇਰੇ ਬਾਰੇ ਚ ਦੱਸ ਦੇਈ, ਮੈਂ ਗਾਲਾਂ ਬਹੁਤ ਕੱਢਦੀ ਆ। ਸ਼ੂ ਸ਼ੂ, ਪਤਾ ਨਹੀਂ ਮਾਂ ਕੋਲੋਂ ਜੂਆ ਕਢਾਉਂਦੇ ਆ। ਘਰ ਦਾ ਸਾਰਾ ਝਾੜੂ ਪੋਚਾ ਉਹਨੇ ਹੀ ਕਰਨਾ ਤੇ ਤੂੰ? ਮੈਂ ਤੇ ਥਰਡ ਅੰਪਾਇਰ ਆ। ਇੰਨੀ ਦੇਰ ਚ ਤਾਂ ਬੰਦਾ ਚੀ ਚੁੱਕੀ ਮੱਲੀਆਂ ਤੋਂ ਹੋ ਕੇ ਆ ਜਾਂਦਾ। ਨੂੰ ਕੋਲੋਂ ਆਂਦਿਆਂ ਹੀ ਕੰਮ ਨਹੀਂ ਕਰਵਾਈਦਾ। ਅੱਛਾ, ਹਾਂਜੀ, ਕੌਣ ਕਰੇਗਾ? ਕਰਨਾ ਕਹਿੰਦੇ ਆ, ਅੱਲਾ ਤੇਰੇ ਹੱਥ ਸਲਾਮਤ ਰੱਖੇ। ਮੈਂ ਹੱਥਾਂ ਨਾਲ ਸਿਰਫ ਗੁੱਤਾਂ ਪੁੱਟਦੀ ਆ। ਜੇ ਤੇਰੇ ਇਹੀ ਲੱਛਣ ਰਹੇ ਉਹਨੇ ਹੱਥੋਂ ਨਿਕਲ ਜਾਣਾ। ਲੈ ਹੱਥੋਂ ਨਿਕਲ ਜਾਣਾ, ਉਹ ਮੱਛੀ ਆ, ਤੂੰ ਬਸ ਦਿਲ ਵੱਡਾ ਰੱਖ। ਕੀ ਰੱਖਾਂ? ਦਿਲ ਉਹ ਤੇ ਤੇਰੇ ਅੱਬੇ ਨੇ ਤੋੜ ਦਿੱਤਾ ਸੀ। ਪਤਾ ਨਹੀਂ ਉਹਨੇ ਤੇਰੇ ਚ ਕਿਹੜੀ ਸਿਮ ਪਾ ਦਿੱਤੀ ਆ। ਅਖੇ ਇਹੀ ਕੁੜੀ ਲੈਣੀ ਆ। ਉਹਦਾ ਮੂੰਹ ਵੇਖ ਲੋ, ਜਿਵੇਂ ਸਵੇਰੇ ਸਵੇਰੇ ਛਾਪਾ ਪਿਆ ਹੁੰਦਾ। ਇਹੀ ਕੁੜੀ ਲੱਭੀ ਸੀ ਤੈਨੂੰ? ਤੇ ਫੇਰ ਕੰਗਣ ਕਾਤੋਂ ਲਾਏ ਸੀ? ਭੌਂਕ ਨਾ ਵੇ। ਅੱਛਾ, ਮੈਂ ਭੌਂਕਦਾ ਪਿਆ ਤੇ ਤੂੰ ਇੱਥੇ ਬੈਠੀ ਜੁਮਾ ਪੜਾਉਣ ਡਈ ਏ। ਮੈਂ ਆ ਵੀ ਜਾ। ਉਫ, ਚੱਲ ਅੱਛਾ, ਹੁਣ ਭੇਡੂ ਵਰਗਾ ਮੂੰਹ ਨਾ ਬਣਾ ਤੇ ਮੇਰੀ ਗੱਲ ਪੱਲੇ ਬੰਨ। ਹਾਂ, ਉਹਨੂੰ ਗੱਲਾਂ ਗੁੱਲਾਂ ਚ ਲਾ ਕੇ ਨਾ ਹੱਕ ਮਹਿਰ ਛਡਾ ਲਈ। ਇੱਕ ਦੇ ਕਮਰੇ ਚ ਟੀਵੀ ਵੀ ਨਹੀਂ ਹੈਗਾ, ਅੱਜ ਬਾਗੀ ਦੀ ਨਵੀਂ ਕਿਸ਼ਤ ਵੀ ਲੱਗਣੀ ਸੀ। ਨਾਲੇ ਇਹੋ ਜਿਹੀਆਂ ਕੁੜੀਆਂ ਹਾਂਡੀ ਚੋਂ ਬੋਟੀਆਂ ਕੱਢ ਕੇ ਖਾ ਜਾਂਦੀਆਂ। ਕਿੰਨੀਆਂ ਕੁ ਖਾ ਲੋਗੀ? ਸਾਰਾ ਸਾਲ ਤੇ ਦਾਲ ਪੱਕਦੀ ਆ ਇੱਥੇ। ਵੇ ਗੱਲ ਸੁਣ। ਹਾਂ, ਚੱਲ ਜਾ। ਹਾਂ, ਹੁਣ ਨੇ ਮੈਨੂੰ ਬੁਲਾਉਣਾ ਤੇ ਮੈਂ ਉਹਦੇ ਨਾਲ ਬੋਲਣਾ ਹੀ ਨਹੀਂ। ਜਾਂਦਾ ਹੀ ਇੱਕ ਦੋ ਚੀਜ਼ਾਂ ਪਾਉਂਦਾ ਹੀ। ਬਲਕਿ ਚੀਜ਼ਾਂ ਨੂੰ ਰਹਿਣ ਦੇ, ਉਹਦੀ ਧੌਣ ਹੀ ਭੰਨ ਦੇ। ਅੰਮਾ, ਇਹੋ ਜਿਹੇ ਮਸ਼ਵਰੇ ਕੋਲ ਰੱਖ, ਤੇਰਾ ਤੇਲਾ ਕਮਰੇ ਚ ਨਾ ਜਾਵਾਂ, ਸਿੱਧਾ ਥਾਣੇ ਹੀ ਜਾਵਾਂ। ਡਰਦਾ ਹੈ? ਜੇ ਐਡੀ ਬਹਾਦਰ ਆ ਨਾ ਤਾਂ ਉਹਦੇ ਬੈੱਡ ਥੱਲੇ ਬੰਬ ਰੱਖ ਦੇਣਾ ਸੀ। ਵੇ ਜਾ, ਚੱਲਾਂ ਵਾਂ। ਤੂੰ ਤਾਂ ਚੱਲਾਂ। ਮੈਨੂੰ ਤੇ ਆਪਣੀ ਜਵਾਨੀ ਦੇ ਦਿਨ ਯਾਦ ਆ ਗਏ, ਜਦੋਂ ਮੈਂ ਇੱਥੇ ਨੂੰਹ ਬਣ ਕੇ ਆਈ ਸੀ। ਅੱਲਾ ਜੰਨਤ ਨਸੀਬ ਕਰੇ ਮੇਰੀ ਸੱਸ ਨੂੰ, ਮੈਂ ਸਾਰਾ ਕੰਮ ਉਹਦੇ ਕੋਲੋਂ ਕਰਾਂਦੀ ਸੀ। ਦਿਲ ਤੇ ਕਰਦਾ ਮੁਸਹਿਰੀ ਨੂੰ ਹੀ ਅੱਗ ਲਾ ਲਵਾਂ, ਸ਼ਾਇਦ ਤੂੰ ਆ ਵੇਖ ਕੇ ਆ ਜਾਵੇ। ਬੜੀ ਜਲਦੀ ਨਹੀਂ ਆ ਗਿਆ? ਹੱਕ ਤੇ ਇਹੀ ਬਣਦਾ ਕਿ ਹੁਣ ਕੰਨ ਫੜਾ ਕੇ ਚੰਡਾ ਮਾਰਾਂ।